काशिफ साहब जी जी दिखाइए, मैं एक दिल का डॉक्टर हां, लेकिन दिल चेक करदे हां, जो दिल चो निकलदा तुहानू मैं दस नहीं सकदा। तुसी दिल दा चेकअप करदे होगे? हां, ता दिल चो तो बड़ियां गाला निकलदियां होणगियां। अच्छा, ताडा तिन्ना डॉक्टरां दा फिटे मुंह, क्योंकि ताडे सामने दिल दा पेशेंट बैठा है और ਤੁਸੀਂ ਫਜ਼ੂਲ ਗੱਲਾਂ ਕਰੀ ਜਾ ਰਹੇ ਹੋ। ਤੁਸੀਂ ਹੱਥ, ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰ, ਈਜ਼ੀ ਰਿਲੈਕਸ, ਔਰ ਪੱਖਾ ਚਲਾਓ ਯਾਰ, ਉਹਨਾਂ ਨੂੰ ਪਸੀਨਾ ਆਇਆ, ਕੀ ਹੋ ਗਿਆ ਜੇ? ਅੱਛਾ ਮੇਰੀ ਗੱਲ ਸੁਣੋ, ਤੁਹਾਨੂੰ ਤੇ ਕੋਈ ਪ੍ਰੋਬਲਮ ਨਹੀਂ ਸ਼ੂਗਰ ਤੇ? ਨਹੀਂ ਨਹੀਂ, ਕੋਈ ਨਹੀਂ। ਹਾਈ ਬਲੱਡ ਪ੍ਰੈਸ਼ਰ? ਬਿਲਕੁਲ ਨਹੀਂ ਹੈ। ਤੇ ਸਹੀ ਦੌੜ ਲੈਂਦੇ ਹੋ? ਬਿਲਕੁਲ ਦੌੜ ਲੈਂਦੇ ਹਾਂ ਜੀ। ਆਪਕੇ ਪਤਾ ਕਿਉਂਕਿ ਮੈਨੂੰ ਲੱਗਦਾ ਕਿ ਥੋੜੀ ਦੇਰ ਬਾਅਦ ਤੁਸੀਂ ਦੌੜੋ ਨਾ। ਨਹੀਂ ਥੋੜੀ ਦੇਰ ਬਾਅਦ ਨਹੀਂ, ਅਗਲੇ ਇਲੈਕਸ਼ਨਾਂ ਦੀ ਗੱਲ ਕਰ ਰਹੇ ਨੇ ਕਿ ਕਿਤੇ ਦੌੜਨਾ। ਨਹੀਂ ਨਹੀਂ, ਇਲੈਕਸ਼ਨਾਂ 'ਚ ਨਹੀਂ ਦੌੜਦੇ। ਇਹ ਬਤਾਈਏ ਕੀ ਸੁਜੀ, ਮੈਂ ਸੱਚੇ ਪੁੱਛੋ, ਜਦੋਂ ਆਪਨੇ ਫੈਸਲਾ ਕੀਤਾ ਕਿ ਆਪ ਐਕਟਿੰਗ ਕੀ ਫੀਲਡ ਮੈਂ ਆਏਗੀ, ਤਾਂ ਆਪਕੋ ਸਪੋਰਟ ਮਿਲੀ ਫੈਮਿਲੀ ਸੇ ਜਾਂ ਫਿਰ ਮੁਖਾਲਫਤ ਹੋਈ? ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਤੇ ਕਰਨੀ ਹੈ ਸੱਚੀ ਗੱਲ, ਮੇਰੀ ਮੰਗਣੀ ਵੀ ਹੋਈ ਸੀ। ਠੀਕ ਹੈ, ਮੇਰੇ ਤਾਏ ਦੇ ਮੁੰਡੇ ਦੇ ਨਾਲ ਵੇਖੋ ਕਿੱਡਾ ਜ਼ੁਲਮ ਹੋਇਆ ਹੈ। ਮੇਰਾ ਫੁੱਫੀ ਦਾ ਪੁੱਤਰ ਮੇਰੇ ਨਾਲ ਰਲਿਆ, ਛੋਟਾ ਸਲੀਮ, ਮੈਂ ਕਿਹਾ ਮੈਂ ਕੰਮ ਕਰਨਾ, ਅਸੀਂ ਇੱਕ ਝੂਠ ਮੂਠ ਬੋਲਿਆ ਕਿ ਮੈਨੂੰ ਐਨ ਜੇ ਮੈਂ ਪ੍ਰੋਬਲਮ 'ਚ ਹਾਂ, ਅਤੇ ਜਿਹਦੇ ਨਾਲ ਮੈਂ ਪਿਆਰ ਕਰਨੀ ਸਾ, ਜਿਹਦੇ ਨਾਲ ਮੇਰੀ ਮੁਹੱਬਤ ਸੀ, ਜਿਹਦੇ ਨਾਲ ਮੇਰੀ ਮੰਗਣੀ ਬਚਪਨ ਤੋਂ ਹੀ ਸੀ, ਉਹਦੇ ਨਾਲ ਮੇਰੀ ਮੰਗਣੀ ਟੁੱਟ ਗਈ। ਓਏ ਉਹਦੇ ਵਿਆਹ ਤੇ ਮੈਂ ਖੁਸ਼ੀ 'ਚ ਨੱਚੀ, ਉਹ ਬਚ ਗਿਆ, ਮੰਗਣੀ ਟੁੱਟ ਗਈ ਤੇ ਉਹ ਬਚ ਗਿਆ, ਇਹਦਾ ਮਤਲਬ आप खूबसूरत भी थी। ਤੁਸੀਂ ਸਾਰੇ ਇੱਥੇ ਬੈਠੇ ਹੋ, ਚੱਲ ਵੇ ਗਰਮ ਪਾਣੀ ਨਾਲ ਨਹਾ ਕੇ ਸਾਰੇ ਆਈਏ ਹੁਣੇ ਬਗੈਰ ਮੇਕਅਪ ਤੋਂ, ਦੇਖਨੇ ਆ ਕਿਹੜਾ ਕਿੱਡਾ ਕਿੱਡਾ ਹੈ, ਇਹ ਜਿਹੜੇ ਮਸਕਾਰੇ ਨਾਲ ਵਾਲ ਚਿੱਟੇ ਕੀਤੇ ਕਾਲੇ ਕੀਤੇ ਨਾ ਬੇਟਾ, ਇਹ ਹੁਣੇ ਹੀ ਮੈਂ ਵੇਖੇ ਨੇ। ਮੈਂ ਬਿਲਕੁਲ ਆਪਕੇ ਸਾਥ ਹੂੰ, ਤੋ ਰੋਜ਼ ਐਸਾ ਕਰਤੇ ਦੇਖਤੇ ਹੈ ਇਨਕੋ। ਆਏ ਇਹ ਸੋਹਣੀ ਕੁੜੀ, ਦੋਵੇਂ ਪਾਸੇ ਡਿੰਪਲ ਪੈਂਦੇ ਨੇ, ਕੀ ਬਾਤ ਹੈ, ਔਰ ਤੈਨੂੰ ਕੋਈ ਗੱਲ ਨਹੀਂ ਕਰ ਰਿਹਾ, ਦੌਰ ਫਿਟੇ ਮੋ ਇਹਨਾਂ ਦਾ। ਅਸੀਂ ਉਹਨੂੰ ਇਸ ਲਈ ਨਹੀਂ ਗੱਲ ਕਰ ਰਹੇ, ਉਹ ਤੇ ਵਿਚਾਰੀ ਕੁੜੀ, ਵਿਚਾਰੀ ਕੁੜੀ ਕੀ, ਮੈਂ ਤੇਰੀ ਮਾਸੀ ਦੀ ਵੱਡੀ ਭੈਣ ਆ। ਵੱਡੀ ਭੈਣ ਨਹੀਂ, ਤੂੰ ਮੇਰੀ ਨਾਨੀ ਦੀ ਵੱਡੀ ਭੈਣ ਲੱਗ। ਆਪ ਖੂਬਸੂਰਤ ਥੀ, ਅੱਛਾ ਬਾਸਰਾਇਤ ਥੀ, ਥੀ ਆਪਕੋ ਫਿਲਮ ਮੇ ਕੰਮ ਕਰਨਾ ਚਾਹੀਏ ਥਾ, ਆਪਕੀ ਫਿਲਮ ਕੀ ਹੀਰੋਇਨ ਕਿਉਂ ਨਹੀਂ ਆਈ? ਨਾ ਮੈਨੂੰ ਡਾਂਸ ਆਉਂਦਾ ਤੇ ਨਾ ਹੀ ਉਹ ਮੈਨੂੰ ਸ਼ਰਮਾਣਾ ਆਉਂਦਾ ਸੀ। ਅਰ ਜਿਤਨੀ ਆਪ ਮਾਸ਼ਾਅੱਲਾ ਲਾਊਡ ਵੀ ਬੋਲਤੀ ਹੈ ਔਰ ਬੋਲਡ ਵੀ ਬੋਲਤੀ ਹੈ, ਕਿਆ ਘਰ ਮੇ ਵੀ ਇਸ ਤਰ੍ਹਾਂ ਹੀ ਬੋਲਤੀ ਹੈ? ਯਾਰ ਤੇਰੇ ਨਾਲ ਮੈਂ ਕਿੰਨੇ ਅਰਸਾ ਰਹੀ ਆ, ਤੂੰ ਮੇਰੇ ਨਾਲ ਦੁਬਈ ਗਿਆ, ਤੂੰ ਮੇਰੇ ਨਾਲ ਲੰਡਨ 2 ਵਾਰੀ ਗਿਆ, ਤੂੰ ਮੈਨੂੰ ਚਾਹ ਬਣਾ ਕੇ ਦਿੱਤੀ ਏ, ਤੈਨੂੰ ਮੇਰਾ ਨਹੀਂ ਪਤਾ ਕਿ ਮੈਂ ਕਿਵੇਂ ਬੋਲਨੀ ਆ। ਪਹਿਲੀ ਵਾਰੀ ਜਦੋਂ ਇਹਨਾਂ ਨੇ ਇਹਦੀ ਸੱਸ ਸਸੁਰਾਲ ਵਾਲਿਆਂ ਨੇ ਇਹਨੂੰ ਖਾਣੇ ਤੇ ਬੁਲਾਇਆ ਸੀ ਨਾ, ਅਸੀਂ ਉਦੋਂ ਬਾਹਰ ਵੈਨ 'ਚ ਬੈਠੇ ਸਾਂ ਔਰ ਇਹਨੂੰ ਸ਼ੀਸ਼ੇ 'ਚ ਵੇਖ ਰਹੇ ਸਾਂ ਕਿ ਸ਼ਰਮਾਉਂਦਾ ਹੈ ਕਿ ਨਹੀਂ ਸ਼ਰਮਾਉਂਦਾ, ਇਹਦੀ ਮੰਗਣੀ, ਇਹਦੀ ਗੱਲਬਾਤ, ਇਹਦਾ ਪਹਿਲਾ ਪੁੱਤਰ, ਦੂਜਾ, ਤੀਜਾ, ਮਾਸ਼ਾਅੱਲਾ ਇਹਦੀ ਜ਼ਿੰਦਗੀ ਦੀ ਕਾਮਯਾਬੀਆਂ 'ਚ ਸਭ ਕੁਝ ਅਸੇ ਦੇ ਨਾਲ ਨਾਲ ਰਿਹਾ ਹਮੇਸ਼ਾ। ਅੱਛਾ ਮੈਂ, ਵਾਹ ਵਾਹ, ਕੀ ਬਾਤ। ਤਾਫੀ ਸਾਹਿਬ ਜੀ ਬਤਾਈਏ ਕਿ ਸ਼ੁਕਰ ਹੈ, ਉਧਰ ਕਿਉਂ ਤੁਰ ਜਾਣਾ, ਮੈਨੇ ਵੀ ਪੁੱਛ ਲਿਆ ਸਾਰ, ਘੜੀ ਮੁੰਡੇ ਤਾਫੀ ਸਾਹਿਬ, ਤਾਫੀ ਸਾਹਿਬ ਨਹੀਂ, ਪਤਾਫੀ, ਪਤਾਫੀ ਸਾਹਿਬ, ਪਤਾਫੀ, 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 ਪਤਾਫੀ ਇਹ ਕਾਸਟ ਹੈ ਨਾ ਜੀ, ਕਾਸਟ ਜੈਸੇ ਆਪਕੋ ਯਾਦ ਹੈ ਬੁਜ਼ਦਾਰ ਸਾਹਿਬ, ਕਿਤਨੇ ਦਿਨ ਲੋਗੋ ਕੋ ਯਾਦ ਹੀ ਨਹੀਂ ਹੋਏ, ਅਬ ਤੋ ਯਾਦ ਹੋ ਗਏ, ਅਬ ਪੂਰੇ ਪਾਕਿਸਤਾਨ ਕੋ ਯਾਦ ਹੈ। ਨਹੀਂ ਨਹੀਂ, ਬੁਜ਼ਦਾਰ ਤੋਂ ਪਿਆਰਾ, ਬੁਜ਼ਦਾਰ ਸਾਹਿਬ ਕੀ ਅਲਹਮਦੁਲਿਲਾ ਜੋ ਪਰਫਾਰਮੈਂਸ ਹੈ ਇਸ ਵਕਤ ਚਾਰੋਂ ਸੂਬੋਂ ਸੇ ਉਹ ਪਹਿਲੇ ਨੰਬਰ ਪੇ ਹੈ, ਇਹ ਇੱਕ ਇੰਡੀਪੈਂਡੈਂਟ ਸਰਵੇ ਸੀ, ਮਾਸ਼ਾਅੱਲਾ, ਇਹ ਪੀਟੀਆਈ ਨੇ ਇਹ ਸਰਵੇ ਨਹੀਂ ਨਹੀਂ, ਇਮਰਾਨ ਖਾਨ ਸਾਹਿਬ ਨੇ ਵੈਸੇ ਨਹੀਂ, ਵਾਕਈ ਸਹੀ ਗੱਲ ਹੈ, ਬੁਜ਼ਦਾਰ ਸਾਹਿਬ ਦਾ ਪੂਰੇ ਮੁਲਕ ਨੂੰ ਪਤਾ ਲੱਗ ਗਿਆ, ਲੇਕਿਨ ਬੁਜ਼ਦਾਰ ਸਾਹਿਬ ਨੇ ਕਰਨਾ ਕੀ ਹੈ ਉਹਨਾਂ ਨੂੰ ਹਲੇ ਤੱਕ ਪਤਾ ਨਹੀਂ ਲੱਗਾ।